ਸਤਿ ਸ਼੍ਰੀ ਅਕਾਲ ਜੀ ਸਾਰੇ ਵਿਊਜ਼ ਨੂੰ ਐਂਡ ਵੈਲਕਮ ਟੂ ਮਾਈ ਚੈਨਲ ਮਿਊਜ਼ਿਕ ਗੁਰੂ। ਅਤੇ ਅੱਜ ਆਪਾਂ ਸੌਂਗ ਪਾਵਾਂਗੇ ਜੀ ਬੱਬੂ ਮਾਨ ਜੀ ਦਾ ਅਜਨਬੀ, ਹਿੰਦੀ ਸੌਂਗ ਹੈ, ਕਾਫੀ ਸੋਹਣਾ ਸੌਂਗ ਹੈ। ਸੋ ਆਜੋ ਆਪਾਂ ਸਭ ਤੋਂ ਪਹਿਲਾਂ ਦੇਖਦੇ ਹਾਂ ਹਾਰਮੋਨੀਅਮ ਦੇ ਕਿ ਇਹ ਕਿੱਦਾਂ ਪਲੇ ਹੋਣਾ। ਐਂਡ ਇਹ ਸੌਂਗ ਮੈਂ ਤੁਹਾਨੂੰ ਬਿਲਕੁਲ ਓਰੀਜਨਲ ਸਕੇਲ ਤੋਂ ਜਿੱਥੋਂ ਉਹਨਾਂ ਨੇ ਸਿੰਗ ਕੀਤਾ ਉੱਥੋਂ ਹੀ ਦੱਸੂੰਗਾ, ਠੀਕ ਹੈ ਜੀ। ਸੋ ਕਹਾਣੀ ਸਟਾਰਟਿੰਗ ਹੁੰਦੀ ਆ ਠੀਕ ਹੈ ਜੀ। ਪਹਿਲਾਂ ਇੰਨਾ ਸਮਝੋ ਕਿੱਦਾਂ ਇਹ ਪਲੇ ਹੋਣਾ। ਸੋ ਆਪਾਂ ਸਟਾਰਟ ਕਿੱਥੋਂ ਕਰਨਾ ਇਹ ਸੌਂਗ? ਇਹ ਆਪਾਂ ਸਟਾਰਟ ਕਰਨਾ ਪਾ ਤੋਂ। ਇਹਨੂੰ ਆਪਾਂ ਸਾ ਮੰਨੀਏ, ਸਾ ਰੇ ਗਾ ਮਾ ਪਾ, ਠੀਕ ਹੈ ਜੀ। ਇੱਥੋਂ ਆਪਾਂ ਸਟਾਰਟ ਕਰਨਾ ਮੱਧ ਸਪਤਕ ਦੇ ਪਾ ਤੋਂ। ਬਿਲਕੁਲ ਸੁਰ ਮੈਂ ਹੁਣ ਇੱਕ ਸਵਿੰਗਰ ਨਾਲ ਸਮਝਾਊਂਗਾ, ਠੀਕ ਹੈ ਜੀ। ਠੀਕ ਹੈ ਜੀ। ਜੋ ਇਹਦੇ ਵਿੱਚ ਰੇ ਆ ਤਾਰ ਸਪਤਕ ਦਾ, ਇਹ ਕੰਨ ਸੋਰਾ, ਠੀਕ ਹੈ ਜੀ। ਇਹਨੂੰ ਆਪਾਂ ਬਿਲਕੁਲ ਥੋੜ੍ਹਾ ਜਿਹਾ ਪ੍ਰੈਸ ਕਰਨਾ, ਠੀਕ ਹੈ ਜੀ। ਠੀਕ ਹੈ ਜੀ। ਨੈਕਸਟ ਆ ਜਾਂਦਾ ਯੇ ਜਵਾਨੀ ਉਸ ਪੇ ਮੌਸਮ, ਇੱਥੇ ਖਤਮ ਹੋਇਆ। ਨੈਕਸਟ ਚ ਯੇ ਜਵਾਨੀ ਉਹ ਹਾਈ ਸਕੇਲ ਤੋਂ ਸਟਾਰਟ ਹੋਊਗਾ, ਉਹ ਹੋਊਗਾ ਤਾਰ ਸਪਤਕ ਦੇ ਰੇ ਤੋਂ ਸਟਾਰਟ, ਠੀਕ ਹੈ ਜੀ। ਇਹ ਦੋ ਲਾਈਨ ਕਿਵੇਂ ਹੋਣੀਆਂ? ਆਤਾ ਹੈ ਫਿਰ ਕਭੀ ਕਭੀ, ਉਹ ਇੱਥੋਂ ਆਤਾ ਹੈ, ਠੀਕ ਹੈ ਜੀ। ਇਹ ਹੋ ਗਿਆ ਇਹਦਾ ਫਸਟ ਪੈਰਾ। ਹੁਣ ਆਪਾਂ ਆ ਗਏ ਤੇ ਸੈਕਿੰਡ ਪੈਰੇ ਤੇ, ਠੀਕ ਹੈ ਜੀ। ਉਹ ਕਿੱਦਾਂ ਪਲੇ ਹੋਣਾ? ਉਹਦੇ ਵਿੱਚ ਕੀ ਆ, ਠੀਕ ਹੈ ਜੀ। ਇਹਦੇ ਕੌਣ ਕਿੱਦਾਂ ਪਲੇ ਹੋਣਾ ਮੈਂ ਤੁਹਾਨੂੰ ਬਿਲਕੁਲ ਜ਼ਰੂਰ ਦੱਸੂੰਗਾ। ਉਸ ਤੋਂ ਪਹਿਲਾਂ ਮੈਂ ਤੁਹਾਨੂੰ ਨਾਲ ਇਹਦੇ ਗਾ ਕੇ ਦੱਸ ਦਿੰਦਾ। ਠੀਕ ਹੈ ਜੀ। ਇਹ ਦੇਖੋ ਕਿੱਦਾਂ ਪਲੇ ਹੋਣਾ ਇੱਕ ਫਿੰਗਰ ਨਾਲ। ਕੈਸੇ ਛੂਏ ਹਮ ਚਾਂਦ ਕੋ, ਚਾਂਦ ਤੋ ਹਮਸੇ ਦੂਰ ਹੈ, ਠੀਕ ਹੈ ਜੀ। ਨੈਕਸਟ ਲੈ ਆਏਗੇ ਇੱਕ ਦਿਨ ਜ਼ਮੀਨ ਪੇ, ਇਤਨਾ ਕਿਉਂ ਗਰੂਰ ਹੈ, ਉਹ ਦੇਖੋ ਕਿੱਦਾਂ ਪਲੇ ਹੋਣਾ। ਇੱਥੋਂ ਪਲੇ ਹੋਣਾ ਲੈ ਆਏਗੇ ਇੱਕ ਦਿਨ ਜ਼ਮੀਨ ਪੇ, ਇਤਨਾ ਕਿਉਂ ਗਰੂਰ ਹੈ, ਠੀਕ ਹੈ ਜੀ। ਉਹ ਕਿੱਦਾਂ ਪਲੇ ਹੋਣਾ ਇੱਥੋਂ ਸਟਾਰਟ ਕਰਕੇ
ਠੀਕ ਹੈ ਜੀ, ਆਪਾਂ ਇੱਥੋਂ ਸਟਾਰਟ ਕੀਤਾ। ਠੀਕ ਹੈ ਜੀ, ਇਹ ਸੀ ਇਹਦਾ ਸਿੰਪਲ ਜਿਹਾ ਟਿਊਟੋਰੀਅਲ। ਸੋ ਥੈਂਕ ਯੂ ਵੈਰੀ ਮੱਚ ਮੇਰੀ ਇਸ ਵੀਡੀਓ ਨੂੰ ਦੇਖਣ ਲਈ, ਵਧੀਆ ਲੱਗੇ ਨਾ ਲਾਈਕ ਐਂਡ ਸ਼ੇਅਰ ਜ਼ਰੂਰ ਕਰ ਦਿਓ। ਥੈਂਕ ਯੂ।